ਹਾਲ ਜਾਨੀ ਕੀ ਹਾਲ ਹੈ ਓਏ ਬੱਜੀ ਇਹ ਹਨ ਸਹੀ ਕਰਨ ਅਰਜੁਨ ਮਾਰ ਲਾਥ ਉੱਥੇ ਹਾਂ ਅਮੜੇ ਜਿਹੜਾ ਬੰਦਾ ਇਹ ਟੋਬੀ ਦੇ ਵਿੱਚ ਅੱਧਾ ਘੰਟਾ ਧਾਸੀ ਵਿੱਚ ਪਾਣੀ ਦੇ ਰਾਸੀ 5000 ਰੁਪਏ ਮੇਰੀ ਤਰਫ ਇਨਾਮ ਹੈ ਕੋ ਇਥੋਂ ਨਾ ਡੂਗ ਨਣੀਆਂ ਮੈਂ ਚਾਵੇ ਨਾ ਡੂ ਕੋਈ ਬੀਆ ਬੰਦਾ ਚਾਵੇ ਦੇ ਤੇ ਜਿਹੜੀਆਂ ਮੈਂ ਨਿਸ਼ਾਨੀਆਂ ਲੈਂਦਾ ਉਹ ਅਗਲਾ ਬੰਦਾ ਨਿਸ਼ਾਨੀ ਨਾਲ ਚਾਵੇ ਦੇ ਅਸਲਾਮੁਅਲੈਕੁਮ ਮਰਕਾ ਕੀ ਹਾਲ ਹੈ ਮਰਕਾ ਠੀਕੇ ਸਾਰੇ ਮੈਂ ਤੁਹਾਡਾ ਆਪਣਾ ਮੁਹੰਮਦ ਦਿਲਾਵਰ ਤੇ ਤੁਸਾਂ ਦੇਦੇ ਪੇ ਸਾਡਾ YouTube ਚੈਨਲ ਪੰਜਾਬ ਦੇ ਲੱਡਲੇ ਮਰਕਾਜ ਪੰਜਵਾਂ ਦਿਵਾਰੇ ਮੌਸਮ ਉਵੇਂ ਖਰਾਬ ਹੈ ਉਵੇਂ ਸਰਦੀ ਹੈ ਬਹੁਤ ਸਰਦੀ ਹੈ ਕਹਿਰ ਦੀ ਸਰਦੀ ਹੈ ਐਡੇ ਕਿਨੋ ਜਾ ਜਾਤੇ ਬਾਲ ਭਾਈ ਬਾਲੀ ਪੈਣ ਇਹ ਚੈੱਕ ਕਰ ਸਕਦੇ ਵੇ ਇਹ ਚੈੱਕ ਕਰੋ ਹਰ ਜਗ੍ਹਾ ਦੇ ਭਾਵਲ ਦਿਖੜੀ ਹੈ ਭਾਸੇ ਕਹਿੰਦੇ ਖੜੇ ਨੇ ਇਹ ਚੈੱਕ ਕਰੋ ਚਾਚਾ ਸਰਦੀ ਹੈ ਹਾਂ ਵਾ ਸਰਦੀ ਹੈ ਢੇਰੇ ਢੇਰ ਸਰਦੀ ਚਾਚਾ ਤੂੰ ਦੱਸਾ ਬਹੁਤ ਜ਼ਿਆਦਾ ਸਰਦੀ ਕਾਫੀ ਸਰਦੀ ਹੈ ਬਾਲ ਬੱਚੇ ਸੋ ਤੇ ਮਰਦਨ ਸਰਦੀ ਕੋਲ ਹੋ ਜਾਨਵਰਾਂ ਦਾ ਸੁਣਾ ਜਾਨਵਰਾਂ ਦਾ ਜਨਵਰੀ 14 ਯਕੀ ਦੀ ਵਾਰ ਇਕੱਠੇ ਥੇ ਖਣੇ ਨਾ ਕੋਈ ਖਾਂਦੇ ਨਾ ਪੀਂਦੇ ਨਾ ਖੀਰ ਸੁਕਾ ਗਏ ਖੀਰ ਸੁਕਾ ਗਏ ਨਾ ਹਾਂ ਬਸ ਯਾਰ ਇਹ ਅੱਲਾ ਦਾ ਨਿਜ਼ਾਮ ਹੈ ਤੇ ਵੀ ਅਸਰ ਦੀ ਵਕਈ ਅਸੀਂ ਥੋੜੀ ਭਾਸੇ ਗਿਨੂ ਹਏ ਦੋਸਤੋ ਅਸਾਂ ਭੂ ਚਾਵਣ ਵੇਦੇ ਪੈ ਤੇ ਸਵਾਰੀ ਸਾਡੀ ਅੱਗੋ ਟੱਪ ਗਈ ਅਸਾਂ ਪਿੱਛੇ ਵਧਦੇ ਹਾਂ ਹੁਣ ਸਪੀਡ ਮਾਰੀ ਵੰਨੇ ਆ ਦੋਸਤੋ ਇਹ ਸਾਡੇ ਚੱਕ ਨੰਬਰ 147 ਅੱਲਾ ਸਕੂਲ ਪਰ ਉਹ ਗੇਟ ਬੰਦ ਹੈ ਮੈਂ ਕਿਹਾ ਤਾ ਕੋਈ ਦਿਖਾ ਦੇ ਮੇਰੇ ਦੀਵਾਰ ਤੂੰ ਦਿਖਾ ਦੇ ਦੀਵਾਰੇ ਛੋਟੀ ਜਈ ਇਹ ਦੂ ਕਮਰੇ ਇੰਨੇ ਪਾਸੇ ਹਨ ਤੇ ਦੂ ਕਮਰੇ ਹਨ ਉਹ ਪੁਰਾਣੀ ਇਮਾਰਤ ਤੇ ਇਥਾਂ ਤਕਰੀਬਨ ਮਿਡਲ ਕਲਾਸਾਂ ਪੜਦੇ ਹਨ 8 ਤੱਕ ਨਾ ਬਾਲ ਪੜਦੇ ਨੇ 8ਵੀਂ ਕਲਾਸ ਤੱਕ ਸੱਤ ਅੱਠ ਟੀਚਰ ਇਨੀ ਥਾਂ ਤੇ ਅੱਛੀ ਪੜਾਈ ਥਿੰਦੀ ਹੈ ਦੋਸਤੋ ਤੁਹਾਡੇ ਕਿਤੇ ਇੱਕ ਚੈਲੰਜ ਹੈ ਇਹ ਸਾਹਮਣੇ ਹੈ ਟੋਬੀ ਤੇ ਇੰਦਾ ਪਾਣੀ ਜਿਹੜਾ ਨਾ ਬਰਫ਼ ਦੀ ਕਰ یخ ਪਾਣੀ ਹੈ ਜਿਹੜਾ ਬੰਦਾ ਇਹ ਟੋਬੀ ਦੇ ਵਿੱਚ ਅੱਧਾ ਘੰਟਾ ਧਾਸੀ ਵਿੱਚ ਪਾਣੀ ਦੇ ਰਾਸੀ 5000 ਰੁਪਏ ਮੇਰੀ ਤਰਫ ਇਨਾਮ ਹੈ ਕੋ ਆ ਵੰਜੋ ਚੱਕ ਨੰਬਰ 147 ਦੇ ਵਿੱਚ ਟੋਬੀ ਹੈ ਬਿਲਕੁਲ ਸਾਫ ਪਾਣੀ ਹੈ ਕੋਈ ਮਸਲਾ ਨਹੀਂ ਦੇਖ ਸਕਦੇ ਹੋ ਸਾਫ ਪਾਣੀ ਹੈ ਆ ਵੰਜੋ ਜੇ ਕੋ ਚੈਲੰਜ ਕਬੂਲ ਹੈ ਆ ਵੰਜੋ ਹਾਲ ਜਾਨੀ ਕੀ ਹਾਲ ਹੈ ਬੱਜੀ ਇਹ ਹਨ ਸਹੀ ਕਰਨ ਅਰਜੁਨ ਮਾਰ ਲਾਥ ਉੱਥੇ ਹਾਂ ਆਮੜੇ ਉੱਪਰੋਂ ਖੜੇ ਅਰਜੁਨ ਇਹ ਹੈ ਕਰਨ ਕਰਨ ਲਾਤੀ ਮਰਹਿੰਦੀ ਹੈ ਪਿੱਛੋ ਹੁਣ ਮਾਰ ਕੇ ਲਿਖਾ ਇਹਦੀ ਤਕੋ ਸਰਦੀ ਲੱਗੀ ਖੜੀ ਹੈ ਗਰਮੀ ਚੜੀ ਪਈ ਤਕੋ ਦੋਸਤੋ ਹੁਣ ਪਹੁੰਚ ਗਏ ਬਾਹਰ ਰੜੀ ਘੇਨਨ ਇਹ ਸਾਡੀ ਸ਼ਾਹੀ ਸਵਰੀ ਹੈ ਉੱਥੋਂ ਭੂ ਚਾਵਣੇ ਉਹ ਸਾਹਮਣੇ ਤੇ ਤੁਸੀਂ ਇੱਥੇ ਹੀ ਬਹਾਵੇ ਠੱਢੇ ਪਰ ਨਵਾਵੇ ਇੱਥੇ ਬਹੁਤੇ ਸਾਹਮਣੇ ਕਮਾਂਦੀ ਪਿਲ ਵੰਜੋ ਗਿੱਦੜਾਂ ਦੀ ਕਰ ਦੋਸਤੋ ਇਹ ਹੀ ਵੇ ਮੇਰਾ ਭੂ ਅਸਾ ਪਹੁੰਚ ਗਏ ਤੇ ਇੱਕ ਬਈ ਗੱਲ ਤਾਂ ਕੋਈ ਦੱਸਾਂ ਇਹ ਇਹ ਭੂ ਮ ਗਿਧਾਈ ਬਹੁ ਮਹਿੰਗਾ ਮੇ ਕੋ ਭੂ ਮੇ ਲੈ ਆਈ ਇੱਥੋਂ ਨਾ ਡੂਗ ਨਣੀਆਂ ਮੈਂ ਚਾਵੇ ਨਾ ਡੂ ਕੋਈ ਬੀਆ ਬੰਦਾ ਚਾਵੇ ਦੇ ਤੇ ਜਿਹੜੀਆਂ ਮੈਂ ਨਿਸ਼ਾਨੀਆਂ ਲੈਂਦਾ ਉਹ ਅਗਲਾ ਬੰਦਾ ਨਿਸ਼ਾਨੀ ਨਾਲ ਚਾਵੇ ਦੇ इंझी आवाम छेती थी पई है पता नहीं चाहती क्या है आवाम बस यार अल्लाह को हदायत देवे ये पै सौ इलाके चे ऊपर आबादी है एडाई आबादी है ओ, दूर आबादी है सोंझी इलाके च पी है वाला इतना नहीं बजता बूं बस यार क्या करूँ पाकिस्तानी आवाम है दोस्तों तो बूं पा गई हिग ना रख है तो हेक हूँ पाती पई है ये चहनी है वाला जुलते हैं तो निशानिया हूँ ला देव अलगे निशानिया कैमरावैन ਇਹ ਇਹ ਨਿਸ਼ਾਨੀ ਲੱਗ ਗਈ ਏ ਅੱਲਾ ਕਰੇ ਇੱਥੇ ਕੈਮਰਾ ਵੇ ਇੱਕ ਇੱਥਾਂ ਲਾ ਦੇਣੇ ਆ ਦੋਸਤੋ ਹੁਣ ਬੰਦਾ ਕੋਈ ਕਹਿ ਨਹੀਂ ਹੁਣ ਗੰਢੜੀ ਮੈਂ ਆਪ ਹੀ ਚਾਵਣੀ ਔਖੇ ਸੋਖੇ ਠੀਕੇ ਤੁਸੀਂ ਦੇਖੋ ਕਿਵੇਂ ਚਾਹਨੇ ਆ ਦੋਸਤੋ ਓਕੇ ਸੋਕੇ ਚਾਹ ਕਿੰਨੀ ਚਾਹ ਕੀ ਜਿੱਥੇ ਵਜ਼ਨ ਨਹੀਂ ਹੈ ਮਿੱਟੀ ਹੈ ਨਹੀਂ ਦੀ ਦੋਸਤੋ ਇਤਨੀਆਂ ਜੜੀਆਂ ਘਰ ਦੀਆਂ ਜ਼ਿੰਮੇਦਾਰੀਆਂ ਉਹਨਾਂ ਦਾ ਵਜ਼ਨ ਕਿੰਨਾ ਜਿਤਨਾ ਨਹੀਂ ਕਰੂਗੀ ਜਦਾ ਵਜ਼ਨ ਹੈ ਹਾਏ ਓਏ ਹੋਏ ਪਹੁੰਚ ਗਏ ਦੋਸਤੋ ਹਾਏ ਮਾਰ ਗਿਆ ਉਹ ਸੇ ਘੇਂਜੂ ਲਾ ਬਾਈ ਹਾਂ ਦੋਸਤੋ ਭੂਚ ਆ ਗਈ ਜਿੱਥੇ ਉਹ ਵੇਂਦੀ ਪਈ ਰੇੜੀ ਚੈੱਕ ਕਰੋ ਪਿੱਛੇ ਤੇ ਹੁਣ ਮੇਦੇ ਪੈਸਾ ਕਮਾਨ ਦੋ ਇੰਦੀ ਤਬਾਹੀ ਲੈਂਦੇ ਆ ਮਨ ਲਗੀ ਪਨਾ ਮੰਗ ਸੀ ਬਈ ਇੱਥਾ ਇਹ ਬੰਦੇ ਨਾ ਆਉਣ ਦੋਸਤੋ ਇਹ ਚੈੱਕ ਕਰੋ ਹਾਏ ਹਾਏ ਛਲਜਮ ਚੈੱਕ ਕਰੋ ਗੋਂਗਲੂ ਜੱਕਾ ਸਾਡੇ ਆ ਗੋਂਗਲੂ ਚੈੱਕ ਕਰੋ ਕਿੰਨਾ ਵੱਡਾ ਹੈ ਪੂਰੇ ਡੇਢ ਕਿਲੋ ਦਾ ਹੈ ਗੋਂਗਲੂ ਇਹ ਇਹ ਚੈੱਕ ਕਰੋ ਇਹ ਦਰਸਲ ਇੱਥਾ ਆਈ ਰਾਤ ਕੋ ਇੱਕ ਮੰਝ ਇਹ ਚੈੱਕ ਕਰੋ ਮੰਝ ਦੇ ਪੈਰ ਲੱਗੇ ਪੈਨ ਉਹ ਤਬਾਹੀ ਪੜ ਛਟੀ ਪਾਲਖ ਖਾ ਗਈ ਹੈ ਹਰ ਚੀਜ਼ ਖਾਧਨੀਆ ਖਾ ਗਈ ਔਰ ਕਣਕ ਦੀ ਤਬਾਹੀ ਪੱਟੀ ਸੀ ਸਭ ਦੀ ਸਭ ਦੀ ਹਾਸ਼ਿਆ ਪਾਟ ਦੀ ਚੀ ਜੀ ਚੈੱਕ ਕਰੋ ਤਬਾਹੀ ਲਥੀ ਪਈਏ ਦੋਸਤੋ ਅੱਜ ਅਸਾਂ ਵਲਾ ਲੈਡ ਥੀ ਗਏ ਬਰਫੀ ਸੜ ਤੂ ਆਉਣ ਤੋਂ ਪਹਿਲੇ ਬਣ ਗਈ ਹੈ ਓਏ ਚਾਚਾ ਅੱਗੇ ਮੈਂ ਵੇਂਦਾ ਪੀ ਹਲੇ ਡੋਧੂ ਬਲਦਾ ਪਈ ਤਿੰਨ ਜਲਦੀ ਬਣ ਗਈ ਹੈ ਬਸੇ ਜ਼ੋਰ ਲਾਈ ਪਏ ਅਸਾਂ ਸੋਚਿਆ ਤਕੂ ਦਿਖੇਸੋ ਅੱਜ ਦਾ ਵਲੌਗ ਦੇ ਵਿੱਚ ਬਰਫੀ ਕਿਵੇਂ ਬਣਦੀ ਹੈ ਓ ਹੁਣ ਆਏ ਜੋ ਹੈ ਭੂਚ ਆ ਕੇ ਤੇ ਪਹਿਲੇ ਹੀ ਬਣੀ ਪਈ ਹੈ ਬਰਫੀ ਚਾਚਾ ਅੱਛਾ ਕੱਲ ਕਿਹ ਟਾਈਮ ਸ਼ੁਰੂ ਕਰੇਂਦੇ ਮੈਂ ਕੱਲ ਆਵਾਂ ਇਸ ਟਾਈਮ ਨਾਲ ਤੇ ਕਿੰਨਾਂ ਦਾ ਸੋਈ 10 ਵਜੇ ਚਲੋ ਕੱਲ ਮੈਂ 10 ਵਜੇ ਆਵੇ ਸਾ ਆਪਣੇ ਈਵਰਾਂ ਨੂੰ ਦਿਖਾ ਬਰਫੀ ਕਿਵੇਂ ਬਣਦੀ ਹੈ ਮਾਸ਼ਾ ਅੱਲਾਹ ਬਣੀ ਪਈ ਹੈ ਬਰਫੀ ਤੇ ਕੱਲ ਤੁਹਾਨੂੰ ਦਿਖਾ ਸੂ ਦੋਸਤੋ ਸਰਦੀ ਹੂ ਮੈਂ ਉਹ ਦੇਖੋ ਬਾਹਰ ਬਾਹਤ ਬੈਠੇ ਨੇ ਇਹ ਚਿੱਦੇ ਖੜਦੇ ਪੈਨ ਚੈੱਕ ਕਰੋ ਓਏ ਹੋਏ ਹੋਏ ਓਏ ਤੁਹਾਨੂੰ ਸਰਦੀ ਨਹੀਂ ਲੱਗਦੀ ਸਰਦੀ ਹੈ ਕੋਈ ਨਹੀਂ ਗੋਦਾ ਸਰਦੀ ਹੈ ਕੋਈ ਨਹੀਂ ਨਾ ਗਰਮੀ ਹੈ ਹਾਂ ਓਏ ਗਰਮੀ ਹੈ ਹਾਂ ਤੈਨੂੰ ਸਰਦੀ ਕੋਈ ਨਹੀਂ ਲੱਗਦੀ ਜਾ ਆਵੜ ਪਰ ਆ ਦੋਸਤੋ ਹਣ ਭੂਚਾ ਕੇ ਆ ਗਏ ਤਾਂ ਥੋੜੀ ਹਣ ਭਾਸ ਕਿਨੇ ਆ ਤੇ ਵਲੌਗ ਦੇ ਐਂਡ ਕਰਦੇ ਪੈ ਵਲੌਗ ਤੇ ਐਂਡ ਤੇ ਆਪਣੀ ਰਾਏ ਦੇਸੋ ਕਮੈਂਟ ਕਰਕੇ ਤੇ ਤੁਹਾਨੂੰ ਵਲੌਗ ਕਿੰਝ ਲੱਗਾ ਆਪਣੇ ਇਲਾਕੇ ਦੇ ਮੌਸਮ ਦੇ ਬਾਰੇ ਵੀ ਦੱਸਿਓ ਇਥਾ ਮੌਸਮ ਦੀ ਕੀ ਸੂਰਤ ਹੈ ਅਸਾਂ ਸਾਰੇ ਭਾਸ ਕਿਨੇ ਬੈਠੇ ਹੈ ਪਰ ਸਰਦੀ ਲੱਗਦੀ ਪਈ ਤਕ ਹਾਂ ਹਾਂ ਬਸ ਇੱਕ ਵਾਛਾ ਬੀਵਰ